ਸਤਿ ਸ਼੍ਰੀ ਅਕਾਲ ਜੀ, ਸਾਡੇ ਨਾਲ ਮੌਜੂਦ ਨੇ ਕਨੂਪ੍ਰਿਆ ਜੀ। ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਇਸ ਕਿਸਾਨੀ ਮੁੱਦੇ ਦੇ ਉੱਤੇ, ਕਿਸਾਨਾਂ ਦੇ ਜਿਹੜਾ ਮੁੱਦਾ ਗਾ ਉਸਨੂੰ ਕਿਵੇਂ ਦੇਖ ਰਹੇ ਨੇ, ਅਤੇ ਜਿਹੜੀਆਂ ਅੱਜ ਕਾਨਫਰੰਸ ਦੇ ਵਿੱਚ ਪ੍ਰੈਸ ਕਾਨਫਰੰਸ ਦੇ ਵਿੱਚ ਗੱਲਾਂ ਹੋਈਆਂ ਉਹਨਾਂ ਦੇ ਬਾਰੇ ਉਹਨਾਂ ਦੀ ਕੀ ਰਾਏ ਆ। ਅਨੂ ਜੀ, ਕਿੱਦਾਂ ਦੇਖ ਰਹੇ ਹੋ ਇਹ ਮੁਹਿੰਮ ਨੂੰ? ਇੱਕ ਲੋਕ ਲਹਿਰ ਬਣ ਗਈ ਆ, ਪਹਿਲੀ ਵਾਰ ਨੌਜਵਾਨੀ ਇੰਨੀ ਭਾਰੀ ਸੰਖਿਆ ਦੇ ਵਿੱਚ ਆ ਕੇ ਬਜ਼ੁਰਗਾਂ ਦੇ ਨਾਲ ਜੁੜੀ ਆ, ਤੁਸੀਂ ਕਿੱਦਾਂ ਦੇਖ ਰਹੇ ਹੋ? ਬਿਲਕੁਲ, ਅੱਜ ਜਦੋਂ ਮਸਲੇ ਆਏ ਨੇ ਸਾਡੇ ਕਿਸਾਨ ਆਰਡੀਨੈਂਸਾਂ ਦੇ, ਐਗਰੀਕਲਚਰ ਆਰਡੀਨੈਂਸਾਂ ਦੇ, ਤਾਂ ਜਿਸ ਤਰੀਕੇ ਨਾਲ ਪੰਜਾਬ ਔਰ ਹਰਿਆਣਾ ਤੋਂ ਰਿਸਪੌਂਸ ਆਇਆ ਹੈ, ਸਪੈਸ਼ਲੀ ਭਾਰਤੀ ਕਿਸਾਨ ਯੂਨੀਅਨਸ ਦਾ ਜਾਂ ਫਿਰ ਜਿੰਨੀਆਂ ਵੀ ਕਿਸਾਨ ਯੂਨੀਅਨਾਂ ਇਕੱਠੀਆਂ ਹੋ ਕੇ ਅੱਜ ਉਹਨੂੰ ਹੁੰਗਾਰਾ ਭਰ ਰਹੀਆਂ ਨੇ, ਤਾਂ ਉਹਦੇ ਵਿੱਚ ਇੱਕ ਹੋਰ ਵਧੀਆ ਚੀਜ਼ ਦੇਖਣ ਨੂੰ ਮਿਲੀ ਆ ਵੀ ਕਲਾਕਾਰ ਵੀ ਨਾਲ ਜੁੜ ਕੇ, ਜਿਹੜਾ ਪੰਜਾਬ ਦੀ ਜਵਾਨੀ ਸੀ ਜਾਂ ਫਿਰ ਹਰਿਆਣਾ ਵਿੱਚ ਬੈਠੇ ਨੌਜਵਾਨ ਨੇ, ਉਹਨਾਂ ਨੂੰ ਵੀ ਸੰਬੋਧਨ ਕਰ ਰਹੇ ਨੇ ਕਿ ਉਹ ਆ ਕੇ ਇਹੋ ਜਿਹੀਆਂ ਮੂਵਮੈਂਟਸ ਨੂੰ ਜੁਆਇਨ ਕਰਨ। ਤਾਂ ਇਹ ਜਿਹੜਾ ਮੇਨ ਮਕਸਦ ਹੈਗਾ ਸਾਡਾ ਕਿ ਸਾਡੀ ਮੂਵਮੈਂਟ ਕਾਹਦੇ ਵਾਸਤੇ ਆ, ਉਹ ਲੋਕਾਂ ਤੱਕ ਸੁਨੇਹਾ ਜਾਵੇ ਅਤੇ ਨਾਲ ਦੇ ਨਾਲ ਉਹ ਉਸਨੂੰ ਜੁਆਇਨ ਵੀ ਕਰਨ, ਇਹ ਜਿਹੜਾ ਹੈਗਾ ਇਸ ਸਮੇਂ ਬਹੁਤ ਹੀ ਬਖੂਬੀ ਹੁੰਦਾ ਦਿਖ ਰਿਹਾ। ਤੁਸੀਂ ਯੂਨੀਵਰਸਿਟੀ ਦੇ ਵਿੱਚ ਵੀ ਪੋਲਿਟਿਕਸ ਕਰਦੇ ਹੋ, ਕਿੱਦਾਂ ਦਾ ਦੇਖਦੇ ਹੋ ਵੀ ਜਿਹੜੇ ਸਿੰਗਰ ਆ, ਸਿੰਗਰਾਂ ਦੇ ਉੱਤੇ ਜਿਹੜੇ ਖਾਸ ਕਰਕੇ ਆਪਾਂ ਕਹਿ ਦਈਏ ਵੀ ਬਜ਼ੁਰਗ ਆ ਜਾਂ ਸਾਡੇ ਵੱਡੇ ਆ, ਉਹ ਉਵੇਂ ਇੰਟਰਸਟ ਨਹੀਂ ਕਰਦੇ, ਇੱਥੇ ਟਰਸਟ ਕਰਨ ਲੱਗੇ ਆ ਜੇ ਆਪਾਂ ਕਿਸਾਨ ਯੂਨੀਅਨਾਂ ਦੀ ਗੱਲ ਕਰਦੇ ਹੋ, ਤੁਸੀਂ ਉਹ ਪੋਲੀਟਿਕਸ ਵਾਲੇ ਪੁਆਇੰਟ ਆਫ ਵਿਊ ਤੋਂ ਦੇਖਦੇ ਹੋ ਵੀ ਸਿੰਗਰ ਕਿੰਨਾ ਕੁ ਉੱਧਰ ਝੁਕਣਗੇ ਜਾਂ ਕਿੱਦਾਂ ਗੇ, ਕਿਉਂਕਿ ਆਉਣ ਵਾਲਾ ਸਮਾਂ ਫਿਰ ਸਿੰਗਰਾਂ ਲਈ ਵੀ ਬੜਾ ਖਤਰਨਾਕ ਹੋਣ ਵਾਲਾ? ਬਿਲਕੁਲ, ਜਿਹੜੀ ਤੁਸੀਂ ਗੱਲ ਕਹੀ ਹੈ ਕਿ ਜਦੋਂ ਆਪਾਂ ਸੰਘਰਸ਼ ਵੱਢ ਲੈਂਦੇ ਹਾਂ ਤਾਂ ਆਪਾਂ ਉਸ ਲੀਹ 'ਤੇ ਆ ਕੇ ਖੜੇ ਹੋ ਜਾਂਦੇ ਹਾਂ ਜਿਸ ਵਿੱਚ ਅਸੀਂ ਸਰਕਾਰ ਦੇ ਵਿਰੋਧੀ ਖੜੇ ਹੈਗੇ ਹਾਂ ਅਤੇ ਇਸ ਵਿੱਚ ਨੀਤੀਆਂ ਦੇ ਵਿਰੋਧੀ ਖੜੇ ਹੈਗੇ ਹਾਂ ਅਤੇ ਇਹਨਾਂ ਕਾਲੇ ਕਾਨੂੰਨਾਂ ਨੂੰ ਲੈ ਕੇ ਆਪਣੀ ਆਵਾਜ਼ ਬੁਲੰਦ ਕਰ ਰਹੇ ਹਾਂ, ਤਾਂ ਇਹ ਤਾਂ ਸਾਫ਼ ਹੀ ਹੈ ਕਿ ਇਸ ਵਿੱਚ ਅਸੀਂ ਉਸ ਕੈਟਾਗਰੀ 'ਚ ਵੀ ਆ ਜਾਂਦੇ ਹਾਂ ਜਿਸ ਵਿੱਚ ਸਰਕਾਰ ਦਾ ਦਮਨ ਵੀ ਹੋ ਸਕਦਾ ਆ ਅਤੇ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਜੋ ਕਿ ਇੱਕ ਸਟਰਗਲ ਵਿੱਚ ਫੇਸ ਕਰਦੀਆਂ ਕੀਤੀਆਂ ਜਾਂਦੀਆਂ ਨੇ। ਪਰ ਹੁਣ ਇਸ ਪ੍ਰੋਟੈਸਟ ਨੂੰ ਲੈ ਕੇ ਜਦੋਂ ਅਸੀਂ ਕਲਾਕਾਰਾਂ ਦਾ ਰੋਲ ਡਿਸਕਸ ਕਰਦੇ ਹਾਂ ਜਾਂ ਹੋਰ ਵਰਗਾਂ ਦਾ ਰੋਲ ਡਿਸਕਸ ਕਰਦੇ ਹਾਂ ਤਾਂ ਉਹ ਇੱਕ ਸੈਕੰਡਰੀ ਰੋਲ ਔਰ ਐਂਪਲੀਫਾਈ ਕਰਨ ਵਾਲਾ ਜਾਂ ਫੈਸਿਲੀਟੇਟ ਕਰਨ ਵਾਲਾ ਰੋਲ ਹੈ, ਨਾ ਕਿ ਉਸ ਰੋਲ ਨੂੰ ਅਸੀਂ ਲੀਡ ਕਰਦੇ ਹਾਂ। ਦੇਖੀਏ, ਲੀਡ ਅੱਜ ਵੀ ਉਹ ਲੋਕ ਕਰ ਰਹੇ ਨੇ ਜਿਨ੍ਹਾਂ ਦੇ ਇਹ ਮਸਲੇ ਨੇ ਅਤੇ ਜਿਨ੍ਹਾਂ ਨੇ ਇਹ ਮਸਲਿਆਂ ਨੂੰ ਸਮਝ ਕੇ, ਸਮਝ ਬਣਾ ਕੇ ਇਹ ਮੂਵਮੈਂਟ ਨੂੰ ਸ਼ੁਰੂਆਤ ਕੀਤੀ ਹੈ ਅਤੇ ਇਸ ਦੀ ਮਤਲਬ ਡਾਇਰੈਕਸ਼ਨ ਡਿਸਾਈਡ ਕਰ ਰਹੇ ਨੇ, ਤਾਂ ਉਹ ਮੈਨੂੰ ਲੱਗਦਾ ਹੈ ਕਿ ਜਿਹੜੀ ਅੰਡਰਸਟੈਂਡਿੰਗ ਹੈਗੀ ਹੈ ਕਿ ਇਸ ਮੂਵਮੈਂਟ ਦੇ ਲੀਡਰਸ ਕੌਣ ਨੇ, ਜਿਹੜੇ ਕਿ ਇਹ ਕਿਰਤੀ ਯੂਨੀਅਨਾਂ ਜਿਹੜੀਆਂ ਹੈਗੀਆਂ ਨੇ ਮਜ਼ਦੂਰਾਂ ਦੀਆਂ ਅਤੇ ਕਿਸਾਨਾਂ ਦੀਆਂ ਇਕੱਠੀਆਂ ਹੋ ਕੇ ਇਸ ਮੂਵਮੈਂਟ ਨੂੰ ਚਲਾ ਰਹੀਆਂ ਨੇ, ਇਹ ਉਹਨਾਂ ਦੀ ਲੀਡਰਸ਼ਿਪ ਹੇਠ ਹੁੰਦੀ ਚੀਜ਼ ਹੈ ਅਤੇ ਇਸ ਨੂੰ ਐਂਪਲੀਫਾਈ ਕਰਨ ਲਈ ਮਤਲਬ ਕਿ ਇਹ ਸੱਦਾ ਸਭ ਦੂਰ ਤੋਂ ਦੂਰ ਤੱਕ ਜਾਂਦਾ ਹੋਵੇ ਅਤੇ ਨਾਲੇ ਇਹਦੀ ਸਮਝ ਵੀ, ਕਿਉਂਕਿ ਮੇਰੇ ਵਾਂਗੂ ਹੋਰ ਵੀ ਬਹੁਤ ਸ਼ਹਿਰੀ ਤਬਕੇ ਦੇ ਲੋਕ ਇਹੋ ਜਿਹੇ ਹੈਗੇ ਨੇ ਜਿਨ੍ਹਾਂ ਨੂੰ ਇਹਨਾਂ ਦੀ ਸਮਝ ਨਹੀਂ ਪੈ ਪਾਉਂਦੀ, ਕਿਉਂਕਿ ਸਾਡਾ ਉਹ ਜ਼ਮੀਨ ਨਾਲ ਰਿਸ਼ਤਾ ਨਹੀਂ ਹੈਗਾ, ਅਸੀਂ ਉਸ ਕਿਸਾਨੀ ਨਾਲ ਉਸ MSP ਨਾਲ ਉਸ ਉਹਦਾ ਰਿਸ਼ਤਾ ਨਹੀਂ ਸਾਂਝਾ ਕਰਦੇ ਜਿੱਦਾਂ ਇੱਕ ਕਿਸਾਨ ਕਰਦਾ ਹੈ। ਪਰ ਇਹਦਾ ਮਤਲਬ ਇਹ ਤਾਂ ਨਹੀਂ ਕਿ ਅਸੀਂ ਰੋਜ਼ ਰੋਟੀ ਨਹੀਂ ਖਾਂਦੇ, ਅਸੀਂ ਉਹਨਾਂ ਦੇ ਮਸਲਿਆਂ ਤੋਂ ਕਿਤੇ ਅੱਡ ਹੈਗੇ ਹਾਂ, ਤਾਂ ਉਹਨਾਂ ਮਸਲਿਆਂ ਨੂੰ ਹੀ ਸਮਝਣ ਦੇ ਲਈ ਕਲਾਕਾਰ ਜਿਸ ਤਰੀਕੇ ਨਾਲ ਗੀਤ ਕੱਢ ਰਹੇ ਨੇ, ਜਿਸ ਭਾਸ਼ਾ 'ਚ ਗੀਤ ਕੱਢ ਰਹੇ ਨੇ, ਅੱਜ ਜੋ ਉਹਨਾਂ ਦੇ ਲਫ਼ਜ਼ ਆ ਰਹੇ ਨੇ ਉਹ ਵੀ ਇੱਕ ਅੰਡਰਸਟੈਂਡਿੰਗ ਬਣਾ ਰਹੇ ਨੇ ਆਸ ਪਾਸ, ਤਾਂ ਇੱਕ ਕੌਨਸ਼ੀਅਸਨੈਸ ਬਿਲਡ ਹੁੰਦੀ ਹੈ ਹਰ ਮੂਵਮੈਂਟ ਤੋਂ, ਤਾਂ ਇਸ ਮੂਵਮੈਂਟ ਤੋਂ ਵੀ ਜਿਹੜੀ ਇੱਕ ਉਹ ਪੋਲੀਟੀਕਲ ਕੌਨਸ਼ੀਅਸਨੈਸ ਵੀ ਹੈਗੀ ਆ ਅਤੇ ਸੋਸ਼ਲ ਕੌਨਸ਼ੀਅਸਨੈਸ ਵੀ ਹੈਗੀ ਆ, ਮੈਨੂੰ ਲੱਗਦਾ ਉਹ ਬਖੂਬੀ ਜਾ ਰਹੀ ਹੈ ਕਲਾਕਾਰਾਂ ਔਰ ਕਿਸਾਨ ਯੂਨੀਅਨਾਂ ਦੇ ਅਲੱਗ ਅਲੱਗ ਜਗ੍ਹਾ 'ਤੇ ਜਿਵੇਂ ਜਿਵੇਂ ਪ੍ਰਦਰਸ਼ਨ ਹੋ ਰਹੇ ਨੇ। ਜੇ ਆਪਾਂ ਬਾਈ ਦੀਪ ਸਿੱਧੂ ਦੀ ਗੱਲ ਕਰਦੇ ਹਾਂ, ਤੁਸੀਂ ਵੀ ਉਸ ਤੋਂ 25 ਤਰੀਕ ਨੂੰ ਸ਼ੰਭੂ ਮੌਜੂਦ ਸੀਗੇ, ਅੱਜ ਵੀ ਕਾਨਫਰੰਸ ਦੇ ਵਿੱਚ ਉਹਨਾਂ ਨੂੰ ਲੈ ਕੇ ਕਾਫੀ ਡਿਸਕਸ਼ਨ ਹੋਈ, ਤੁਸੀਂ ਉਸ ਚੀਜ਼ ਨੂੰ ਕਿਵੇਂ ਦੇਖ ਰਹੇ ਹੋ? ਹਾਲਾਂਕਿ ਉਹ ਪ੍ਰੋਟੈਸਟ ਕਰ ਰਹੇ ਆ ਆਪਦੇ ਲੈਵਲ 'ਤੇ, ਪ੍ਰੋਟੈਸਟ ਕਰ ਰਹੇ ਨੇ, ਪਰ ਜਿਹੜੇ ਅੱਜ ਚੀਜ਼ਾਂ ਕਾਨਫਰੰਸ ਦੇ ਵਿੱਚ ਹੋਈਆਂ ਉਸ ਚੀਜ਼ ਨੂੰ ਕਿਵੇਂ ਦੇਖ ਰਹੇ ਹੋ? ਪਹਿਲੀ ਚੀਜ਼ ਤਾਂ ਇਹ ਕਿ 25 ਤਰੀਕ ਦੀ ਕਾਲ ਕਿਸਾਨਾਂ ਦੁਆਰਾ ਦਿੱਤੀ ਗਈ ਸੀਗੀ ਕਿ ਪੰਜਾਬ ਬੰਦ ਦੀ ਕਾਲ, ਤਾਂ ਉਸ ਵਿੱਚ ਸ਼ਮੂਰੀਅਤ ਜਿੰਨੀ ਪੰਜਾਬ ਨੇ ਦਿਖਾਈ ਮੈਨੂੰ ਲੱਗਦਾ ਉਹ ਬਖੂਬੀ ਦਰਜ ਕੀਤਾ ਕਿ 25 ਤਰੀਕ ਨੂੰ ਪੰਜਾਬ ਬੰਦ ਕੀਤਾ ਗਿਆ ਸੀ ਅਤੇ ਉਸ ਚਲੋ ਕਾਲ ਨੂੰ ਨੈਸ਼ਨਲ ਕਾਲ ਵੀ ਲੇਟਰ ਔਨ ਬਣਾ ਦਿੱਤਾ ਗਿਆ। ਹੁਣ ਦੂਸਰੀ ਗੱਲ ਆਉਂਦੀ ਹੈ ਕਿ ਜਿੱਦਾਂ ਦੀਪ ਸਿੱਧੂ ਦਾ ਇੱਕ ਅਲੱਗ ਤੋਂ ਧਰਨਾ ਚੱਲ ਰਿਹਾ ਹੈ, ਧਰਨੇ ਵਿੱਚ ਹਾਂ ਅਸੀਂ ਜਾਣਦੇ ਹਾਂ ਕਿ ਕੁਝ ਡਿਮਾਂਡਸ ਤਾਂ ਇਹੀ ਰਹਿ ਰਹੀਆਂ ਨੇ ਜਿਹੜੀਆਂ ਇਸ ਪ੍ਰੋਟੈਸਟ ਤੋਂ ਚਾਲੂ ਹੋਈਆਂ ਨੇ, ਇਹਦਾ ਬੇਸ ਤਾਂ ਇਹੀ ਹੈ। ਹੁਣ ਉਹਨਾਂ ਦਾ ਵੀ ਡੈਮੋਕ੍ਰੈਟਿਕ ਰਾਈਟ ਹੈ ਕਿ ਉਹ ਪ੍ਰੋਟੈਸਟ ਕਰ ਸਕਦੇ ਨੇ, ਕੋਈ ਵੀ ਆਪਣੇ ਜਿੱਥੇ ਵੀ ਮੌਜੂਦ ਹੈ, ਜਿੱਥੇ ਇਕੱਠਾ ਹੋਣਾ ਚਾਹੁੰਦਾ, ਆਪਣੀ ਆਵਾਜ਼ ਉਠਾਉਣਾ ਚਾਹੁੰਦਾ, ਆਪਣੇ ਟੀਚੇ ਪੂਰੇ ਕਰਾਉਣਾ ਚਾਹੁੰਦਾ, ਉਹ ਉਠਾ ਸਕਦਾ, ਉਹਦਾ ਇਹ ਡੈਮੋਕ੍ਰੈਟਿਕ ਅਧਿਕਾਰ ਹੈ, ਤਾਂ ਦੀਪ ਸਿੱਧੂ ਦਾ ਵੀ ਹੈ। ਬਟ ਹੁਣ ਇਸ ਮੂਵਮੈਂਟ ਜਿਹਦਾ ਬੇਸ ਹੀ, ਜਿਹਦੀ ਡਿਸਕਸ਼ਨ ਕੰਸੋਲੀਡੇਸ਼ਨ ਹੀ ਹੈ 31 ਜਥੇਬੰਦੀਆਂ ਤੋਂ ਸ਼ੁਰੂ ਹੁੰਦੀ ਹੈ ਅਤੇ ਉਸ ਤੋਂ ਬਾਅਦ ਉਹ ਮੀਟਿੰਗਸ ਕਰਦੀਆਂ ਨੇ ਲਗਾਤਾਰ, ਇਸ ਰਿਵਿਊ ਕਰਦੀਆਂ ਨੇ ਆਪਣੇ ਪਿਛਲੇ ਫੈਸਲਿਆਂ ਨੂੰ, ਅਗਲੇ ਟੀਚੇ ਮਿੱਥਦੀਆਂ ਨੇ, ਸਾਨੂੰ ਲੱਗਦਾ ਹੈ ਕਿ ਉਹਨਾਂ ਸਭ ਚੀਜ਼ਾਂ ਦਾ ਜਿਹੜਾ ਹੈਗਾ ਆ ਸਾਨੂੰ ਇੱਕ ਹਮਾਇਤ ਕਰਨੀ ਬਣਦੀ ਹੈ ਅਤੇ ਉਹਨਾਂ ਦਾ ਸਾਥ ਦੇਣਾ ਬਣਦਾ, ਕਿਉਂਕਿ ਇਹ ਜਿਹੜੀ ਲੜਾਈ ਹੈਗੀ ਆ ਇਸ ਨੂੰ ਇਕੱਲੇ ਲੜਨ ਨਾਲ ਅਸੀਂ ਸਰਕਾਰ ਦੇ ਸਾਹਮਣੇ ਬਹੁਤ ਹੀ ਜ਼ਿਆਦਾ ਕਮਜ਼ੋਰ ਪੈ ਜਾਂਗੇ। ਲੜਾਈ ਕੋਈ ਇੱਕ ਇੰਡੀਵਿਜੁਅਲ ਦੀ ਨਹੀਂ ਹੈਗੀ, ਇੰਡੀਵਿਜੁਅਲ ਇਹ 'ਚ ਭਾਗੀਦਾਰੀ ਦੇ ਸਕਦੇ ਨੇ, ਆਪਣੀਆਂ ਵਿਚਾਰਧਾਰਾਂ ਨੂੰ ਜਾਂ ਫਿਰ ਆਪਣੇ ਝੰਡਿਆਂ ਨੂੰ ਛੱਡ ਕੇ ਜੁੜ ਸਕਦੇ ਨੇ, ਪਰ ਇੱਕ ਇਕੱਲਾ ਇੰਡੀਵਿਜੁਅਲ ਜੇ ਕੋਈ ਲੜਾਈ ਜਿੱਤ ਜੂਗਾ ਤਾਂ ਉਹ ਆਪਾਂ ਵਹਿਮ 'ਚ ਹਾਂ, ਕਿਉਂਕਿ
ਜੇ ਆਪਾਂ ਸੰਘਰਸ਼ਾਂ ਦੀ ਗੱਲ ਕਰਦੇ ਹਾਂ, ਖਾਸ ਕਰਕੇ ਜਿਹੜੇ ਬੱਚੇ ਆ ਜਾਂ ਯੂਥ ਦੀ ਗੱਲ ਕਰਦੇ ਹਾਂ, ਹੁਣ ਆਏ ਨੇ ਪਰ ਉਹ ਕਾਫੀ ਅਨਐਜੂਕੇਟਡ ਵੀ ਨੇ ਸੰਘਰਸ਼ਾਂ ਨੂੰ ਲੈ ਕੇ, ਇਦਾਂ ਦੇ ਕੋਈ ਪਲਾਨਸ ਆ ਰਹੇ ਆ ਫਿਊਚਰ ਦੇ ਵਿੱਚ? ਤੁਸੀਂ ਵੀ ਕਾਫੀ ਸੰਘਰਸ਼ ਕਰਦੇ ਹੋ, ਵੀ ਆਪਾਂ ਬੱਚਿਆਂ ਨੂੰ ਵੀ ਦੱਸੀਏ, ਉਹਨਾਂ ਨੂੰ ਵੀ ਇਸ ਦੇ ਪ੍ਰਤੀ ਜਾਗਰੂਕ ਕਰੀਏ। ਬਿਲਕੁਲ, ਜਦੋਂ ਸੰਘਰਸ਼ਾਂ ਦੀ ਗੱਲ ਕਰੀਏ, ਹੁਣ ਇਹ ਕਿਸਾਨ ਯੂਨੀਅਨਾਂ ਵਾਲੇ ਜਿਹੜੇ ਨੇ, ਇਹ ਤਾਂ ਪਤਾ ਨਹੀਂ ਜਦੋਂ ਗੱਲਾਂ ਹੀ ਸੁਣਾਉਂਦੇ ਨੇ ਆਪਣੀ ਤਾਂ ਰੀਗਲ ਸਿਨੇਮਾ ਤੋਂ ਲੈ ਕੇ ਪਤਾ ਨਹੀਂ ਕਿੰਨੇ ਕਿੰਨੇ ਸਾਲ ਹੋ ਗਏ ਨੇ ਮੂਵਮੈਂਟਸ ਦੇ, ਤਾਂ ਜਿੰਨਾ ਇਹਨਾਂ ਦਾ ਤਜਰਬਾ ਹੈ ਮੂਵਮੈਂਟਸ ਦਾ, ਅਤੇ ਜਿੰਨਾ ਇਹਨਾਂ ਦਾ ਤਜਰਬਾ ਹੈ ਕਿ ਕਿੱਦਾਂ ਸੱਤਾ ਵੀ ਤੁਹਾਡੇ ਸਾਹਮਣੇ ਆ ਕੇ ਖੜੀ ਹੁੰਦੀ ਹੈ, ਕਿਹੜੇ ਤਰੀਕੇ ਨਾਲ ਖੜੀ ਹੁੰਦੀ ਹੈ, ਉਹ ਮੈਨੂੰ ਲੱਗਦਾ ਬਖੂਬੀ ਇੱਥੇ ਲੀਡਰਸ਼ਿਪ ਤੋਂ ਹੈ। ਪਰ ਜਿਹੜੀ ਗੱਲ ਆਉਂਦੀ ਹੈ ਕਿ ਨਵੀਂ ਪੀੜ੍ਹੀ ਜਿਹੜੀ ਜੁੜ ਰਹੀ ਹੈ, ਜਿਹੜੀ ਅੱਜ ਸੁਣੀ ਰਹੀ ਹੈ ਗਾਣਿਆਂ ਦੇ ਥਰੂ ਜਾਂ ਪ੍ਰਚਾਰਾਂ ਦੇ ਥਰੂ, ਵੀਡੀਓਜ਼ ਦੇ ਥਰੂ, ਕੀ ਭਾਸ਼ਣ ਦਿੱਤੇ ਜਾ ਰਹੇ ਨੇ, ਕੀ ਟੀਚਰ ਲਿੱਤੇ ਜਾਣੇ ਜਾ ਰਹੇ ਨੇ, ਤਾਂ ਉਹਨਾਂ ਵਿੱਚ ਜ਼ਰੂਰ ਇੱਕ ਕੌਨਸ਼ੀਅਸਨੈਸ ਬਿਲਡ ਹੋ ਰਹੀ ਹੈ, ਉਹਨਾਂ ਨੂੰ ਵੀ ਇੱਕ ਪਤਾ ਚੱਲ ਰਿਹਾ ਕਿ ਕਿੱਦਾਂ ਅੱਜ ਸਾਡੇ ਆਸ ਪਾਸ ਇਹ ਲੜਾਈਆਂ ਕੋਲ ਚੱਲ ਰਹੇ ਨੇ, ਭਾਵੇਂ ਉਹ ਘਰਾਂ ਵਿੱਚ ਬੈਠੇ ਨੇ, ਭਾਵੇਂ ਉਹ ਬਾਹਰ ਆ ਕੇ ਜੁੜਦੇ ਨੇ ਰੈਲੀਆਂ 'ਚ ਸ਼ਾਮਿਲ ਹੁੰਦੇ ਨੇ, ਜਾਂ ਫਿਰ ਉਹ ਕਿਸੇ ਤਰੀਕੇ ਨਾਲ ਸੋਸ਼ਲ ਮੀਡੀਆ 'ਤੇ ਸਮਰਥਨ ਆਪਣਾ ਦੇ ਰਹੇ ਨੇ, ਤਾਂ ਇੱਕ ਮੈਥਡਸ ਜਿਹੜੇ ਹੈਗੇ ਨੇ ਪ੍ਰੋਟੈਸਟ ਕਰਨ ਦੇ, ਉਹ ਉਹਨਾਂ ਤੱਕ ਵੀ ਪਹੁੰਚ ਰਹੇ ਨੇ। ਬਸ ਹੁਣ ਜ਼ਰੂਰੀ ਹੈ ਤਾਂ ਉਹ ਇਹ ਹੈ ਕਿ ਇਹਨਾਂ ਦੀ ਲਾਮਬੰਦੀ, ਇੱਕ ਇਹਨਾਂ ਦਾ ਵੀ ਇਕਜੁੱਟ ਹੋ ਕੇ ਬਾਹਰ ਆਉਣਾ, ਕਿਉਂਕਿ ਵਿਦਿਆਰਥੀ ਬਹੁਤ ਜ਼ਿਆਦਾ ਇੱਕ ਐਨਰਜੀ ਰੱਖਦੇ ਨੇ, ਇੱਕ ਬਹੁਤ ਜ਼ਿਆਦਾ ਉਹੋ ਜਿਹੀ ਸਟਰੈਂਥ ਰੱਖਦੇ ਨੇ ਕਿ ਉਹਨਾਂ ਦਾ ਆਵਾਜ਼ ਵੀ ਜਿਹੜਾ ਨੀਚੇ ਤਬਕਿਆਂ ਤੱਕ ਪਹੁੰਚ ਸਕੇ। ਉਹਨਾਂ ਦੇ ਐਜੂਕੇਸ਼ਨਲ ਇੰਸਟੀਟਿਊਟਸ ਵਿੱਚ ਉਹ ਡਿਸਕਸ਼ਨਸ ਇੰਨੀਆਂ ਕਰਦੇ ਨੇ, ਇੰਨੀ ਨੌਲੇਜ ਉਹ ਭਰਪੂਰ ਆਪਣੇ ਵਿੱਚ ਅੰਦਰ ਰੱਖਦੇ ਨੇ, ਤਾਂ ਉਹਨਾਂ ਤੋਂ ਇੱਕ ਉਮੀਦ ਰੱਖੀ ਜਾਂਦੀ ਹੈ ਕਿ ਇਹਨਾਂ ਇਸ਼ੂਜ਼ ਨੂੰ ਵੀ, ਸਾਡੇ ਸਮਾਜਿਕ ਇਸ਼ੂਜ਼ ਨੂੰ ਵੀ, ਸਾਡੇ ਪੋਲੀਟੀਕਲ ਇਸ਼ੂਜ਼ ਨੂੰ ਵੀ ਉਹ ਡਿਸਕਸ ਕਰਦੇ ਹੋਏ ਆਪਣੇ ਆਸ ਪਾਸ ਉਸ ਨੂੰ ਸਮਰਥਨ ਦੇਣ, ਉਸ ਦੇ ਉੱਤੇ ਡਿਸਕਸ਼ਨ ਕਰਨ ਕਿ ਸਾਨੂੰ ਅੱਗੇ ਦਾ ਕੀ ਫੈਸਲਾ ਦੇਖਣਾ ਹੋਊਗਾ, ਕਿਉਂਕਿ ਲੜਾਈ ਸਿਰਫ ਇੱਥੋਂ ਤਾਂ ਸ਼ੁਰੂ ਨਹੀਂ ਹੋਈ ਅਤੇ ਨਾ ਹੀ ਇੱਥੇ ਖਤਮ ਹੋ ਜਾਣੀ ਆ, ਇਹ ਬਹੁਤ ਪਹਿਲਾਂ ਤੋਂ ਅਸੀਂ ਲੜਦੇ ਆ ਰਹੇ ਹਾਂ ਸੰਘਰਸ਼ਾਂ ਨੂੰ, ਅਤੇ ਅੱਗੇ ਵੀ ਨੀਤੀਆਂ ਕਾਲੀਆਂ ਕੋਈ ਆਉਣੀਆਂ ਤੋਂ ਹਟਣੀਆਂ ਨਹੀਂ ਹੈਗੀਆਂ, ਤਾਂ ਉਹਨਾਂ ਨੂੰ ਵੀ ਜਿੰਨਾ ਛੇਤੀ ਪਾਰਟੀਸਪੇਟ ਕਰਨਗੇ ਉੰਨੀ ਵੱਧ ਸੰਜੀਦਗੀ ਨਾਲ ਸੋਚ ਪਾਉਣਗੇ। ਧੰਨਵਾਦ ਜੀ। ਥੈਂਕ ਯੂ।